ਸਮਝਿਆ ਜਾਵੇ ਹੈਗਾ ਕਿਸ ਮਕਸਦ ਨੂੰ ਲੈ ਕੇ ਹੈਗਾ ਜਿਹੜਾ ਦੌਰਾ ਹੈਗਾ ਕੇਂਦਰ ਨਾਲ? ਦੇਖੋ ਜਿਹੜਾ ਇਹ ਦੌਰਾ ਇਹ ਤਾਂ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਧੰਨਵਾਦੀ ਦੌਰਾ ਅਸੀਂ ਕਰਨ ਆਏ ਹਾਂ ਕਿ ਵੀ ਇੱਥੋਂ ਦੇ ਲੋਕਾਂ ਨੇ ਪਿਛਲੀਆਂ ਆਪਣੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਉਸ ਵਿੱਚ ਪੰਥਕ ਕੈਂਡੀਡੇਟ ਨੂੰ ਬਹੁਤ ਵੱਡੀ ਜਿੱਤ ਇੱਥੋਂ ਪ੍ਰਾਪਤ ਹੋਈ ਅਸੀਂ ਤਾਂ ਉਹਦੇ ਰਿਗਾਰਡ 'ਚ ਇੱਕ ਤਰ੍ਹਾਂ ਨਾਲ ਸਾਰੇ ਜਿਵੇਂ ਸੰਗਤ ਦਾ ਧੰਨਵਾਦ ਅਤੇ ਉਸ ਤੋਂ ਬਾਅਦ ਜਿਹੜੀਆਂ ਇੱਥੋਂ ਦੀਆਂ ਕੋਈ ਸਮੱਸਿਆਵਾਂ ਉਹਨਾਂ ਬਾਰੇ ਅਤੇ ਆਪਦੇ ਲੋਕਾਂ ਵਿੱਚ ਵਿਚਰਨ ਆਈ ਹੈ। ਕੋਈ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਵੇਖਿਆ ਜਾ ਰਿਹਾ ਕਿ ਪੰਥਕ ਕੈਂਡੀਡੇਟ ਖੜਾ ਕਰਨ ਜਾ ਰਹੀਆਂ ਜਥੇਬੰਦੀਆਂ ਦੁਆਰਾ, ਕੁਛ ਇਸ ਤਰ੍ਹਾਂ ਦਾ ਵਿਚਾਰ ਚਰਚਾ? ਵਿਚਾਰ ਚਰਚਾ ਚੱਲ ਰਹੀ ਹੈ, ਸਾਰੇ ਬੈਠ ਕੇ ਜੋ ਸੰਗਤ ਦਾ ਡਿਸੀਜਨ ਹੋਊਗਾ ਉਹਦੇ ਹਿਸਾਬ ਨਾਲ ਚੱਲਾਂਗੇ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਤੁਰਾਂਗੇ। ਕਦੋਂ ਤੱਕ ਦੀ ਉਮੀਦ ਹੈਗੀ ਕਿ ਕਦੋਂ ਤੱਕ ਕੈਂਡੀਡੇਟ ਐਲਾਨ ਸਕਦੀ ਹੈ, ਕਿਉਂਕਿ ਭਾਵੇਂ ਨਹੀਂ ਤਰੀਕਾ ਦਾ ਐਲਾਨ? ਦੇਖੋ ਇਹ ਚੀਜ਼ਾਂ ਤਾਂ ਪਹਿਲਾਂ ਇਲੈਕਸ਼ਨ ਡਿਕਲੇਅਰ ਹੋਣ ਦੋ, ਬਾਕੀ ਜਿੰਨਾ ਚਿਰ ਸਾਰੇ ਬਹਿ ਕੇ ਸਾਰੀ ਸੰਗਤ ਸਾਰੇ ਸਾਡੇ ਜਿੰਨੇ ਵੀ ਆਪਣੇ ਲੀਡਰਸ ਆ ਜਾਂ ਹੋਰ ਜਿੰਨਾ ਚਿਰ ਫੈਸਲਾ ਸਾਰਿਆਂ ਦਾ ਸਾਂਝਾ ਫੈਸਲਾ ਹੀ ਹੋਊਗਾ, ਜੋ ਹੋਊਗਾ ਉਵੇਂ ਪ੍ਰਵਾਨ ਲੱਗਦਾ ਹੈਗਾ। ਕੁਛ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਿਵੇਂ ਫਰੀਦਕੋਟ ਲੋਕ ਸਭਾ ਜਿੱਤੇ ਪੰਥਕ ਜਥੇਬੰਦੀਆਂ, ਦੇਖੋ ਇਹ ਹੈ ਤਾਂ ਏਰੀਆ ਪੰਥਕ ਹੀ ਰਿਹਾ, ਇਹਨਾਂ 'ਚ ਪ੍ਰੋਬਲਮਸ ਹੈਗੀਆਂ ਕਾਫੀ, ਹੁਣ ਆ ਕੇ ਵਿਚਰਿਆਂ ਵਿੱਚ ਆ ਕੇ ਪਤਾ ਲੱਗਦਾ ਗਾ। ਬਾਕੀ ਹੁਣ ਜਿੰਨੀਆਂ ਕੁ ਸਰਜੀਤ ਸਿੰਘ ਖਾਲਸਾ ਭਾਈ ਸਾਹਿਬ ਨਾਲ ਗੱਲ ਕਰਾਂਗੇ ਜਿਹੜੇ ਹੈਗੇ, ਉਹ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਅਸੀਂ ਸੋਲਵ ਕਰੀਏ ਅਤੇ ਇਹਨੂੰ ਅਸੀਂ ਆਪਣਾ ਆਪਦਾ ਹਲਕਾ ਇਹ ਅਤੇ ਇਸ 'ਚ ਅਸੀਂ ਵਿਚਰੀਏ। ਤੁਹਾਡਾ ਨਾਮ ਵੀ ਸਾਹਮਣੇ ਆ ਰਿਹਾ ਹੈਗਾ ਕਿ ਹੋ ਸਕਦੇ ਹੋ ਕੈਂਡੀਡੇਟ ਪੰਥਕ ਜਥੇਬੰਦੀਆਂ ਲੋਕ ਗਿੱਦੜਵਾ ਤੋਂ? ਨਹੀਂ ਦੇਖੋ ਇਹ ਤਾਂ ਮੈਂ ਉਹੀ ਕਿਹਾ ਵੀ ਇਹ ਤਾਂ ਸਾਰਿਆਂ ਦਾ ਸਾਂਝਾ ਫੈਸਲਾ ਹੋਊਗਾ ਸੰਗਤ ਵਿੱਚ ਲੈ ਬੈਠ ਕੇ, ਜਿਵੇਂ ਬਾਈ ਕਹਿੰਦਾ ਹੁੰਦਾ ਸੀ ਜਿਹੜੇ ਫੈਸਲੇ ਆ ਸੰਗਤ ਦੇ ਵਿੱਚ ਬੈਠ ਕੇ ਲੈਣੇ ਚਾਹੀਦੇ, ਸਾਰਾ ਸੰਗਤ ਦਾ ਅਤੇ ਫੈਸਲਾ ਹੋਊਗਾ ਜੋ ਹੋਊਗਾ ਪ੍ਰਵਾਨ ਹੋਊ। ਸਮਝਿਆ ਜਾਵੇ ਹੈਗਾ ਕਿਸ ਮਕਸਦ ਨੂੰ ਲੈ ਕੇ ਹੈਗਾ ਜਿਹੜਾ ਦੌਰਾ ਹੈਗਾ ਗਿੱਦੜਵਾ? ਨਹੀਂ ਦੇਖੋ ਜਿਹੜਾ ਇਹ ਦੌਰਾ ਇਹ ਤਾਂ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਧੰਨਵਾਦੀ ਦੌਰਾ ਅਸੀਂ ਕਰਨ ਆਏ ਹਾਂ ਕਿ ਵੀ ਇੱਥੋਂ ਦੇ ਲੋਕਾਂ ਨੇ ਪਿਛਲੀਆਂ ਆਪਣੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਉਸ ਵਿੱਚ ਪੰਥਕ ਕੈਂਡੀਡੇਟ ਨੂੰ ਬਹੁਤ ਵੱਡੀ ਜਿੱਤ ਇੱਥੋਂ ਪ੍ਰਾਪਤ ਹੋਈ ਅਸੀਂ ਤਾਂ ਉਹਦੇ ਰਿਗਾਰਡ 'ਚ ਇੱਕ ਤਰ੍ਹਾਂ ਨਾਲ ਸਾਰੇ ਜਿਵੇਂ ਸੰਗਤ ਦਾ ਧੰਨਵਾਦ ਅਤੇ ਉਸ ਤੋਂ ਬਾਅਦ ਜਿਹੜੀਆਂ ਇੱਥੋਂ ਦੀਆਂ ਕੋਈ ਸਮੱਸਿਆਵਾਂ ਉਹਨਾਂ ਬਾਰੇ ਅਤੇ ਆਪਦੇ ਲੋਕਾਂ ਵਿੱਚ ਵਿਚਰਨ ਆਈ ਹੈ। ਕੋਈ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਵੇਖਿਆ ਜਾ ਰਿਹਾ ਕਿ ਪੰਥਕ ਕੈਂਡੀਡੇਟ ਖੜਾ ਕਰਨ ਜਾ ਰਹੀਆਂ ਜਥੇਬੰਦੀਆਂ ਦੁਆਰਾ, ਕੁਛ ਇਸ ਤਰ੍ਹਾਂ ਦਾ ਵਿਚਾਰ ਚਰਚਾ? ਵਿਚਾਰ ਚਰਚਾ ਚੱਲ ਰਹੀ ਹੈ, ਸਾਰੇ ਬੈਠ ਕੇ ਜੋ ਸੰਗਤ ਦਾ ਡਿਸੀਜਨ ਹੋਊਗਾ ਉਹਦੇ ਹਿਸਾਬ ਨਾਲ ਚੱਲਾਂਗੇ, ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਤੁਰਾਂਗੇ। ਕਦੋਂ ਤੱਕ ਦੀ ਉਮੀਦ ਹੈਗੀ ਕਿ ਕਦੋਂ ਤੱਕ ਕੈਂਡੀਡੇਟ ਐਲਾਨ ਸਕਦੀ ਹੈ, ਕਿਉਂਕਿ ਭਾਵੇਂ ਨਹੀਂ ਤਰੀਕਾ ਦਾ ਐਲਾਨ? ਦੇਖੋ ਇਹ ਚੀਜ਼ਾਂ ਤਾਂ ਪਹਿਲਾਂ ਇਲੈਕਸ਼ਨ ਡਿਕਲੇਅਰ ਹੋਣ ਦੋ, ਬਾਕੀ ਜਿੰਨਾ ਚਿਰ ਸਾਰੇ ਬਹਿ ਕੇ ਸਾਰੀ ਸੰਗਤ ਸਾਰੇ ਸਾਡੇ ਜਿੰਨੇ ਵੀ ਆਪਣੇ ਲੀਡਰਸ ਆ ਜਾਂ ਹੋਰ ਜਿੰਨਾ ਚਿਰ ਫੈਸਲਾ ਸਾਰਿਆਂ ਦਾ ਸਾਂਝਾ ਫੈਸਲਾ ਹੀ ਹੋਊਗਾ, ਜੋ ਹੋਊਗਾ ਉਵੇਂ ਪ੍ਰਵਾਨ ਲੱਗਦਾ ਹੈਗਾ। ਕੁਛ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਿਵੇਂ ਫਰੀਦਕੋਟ ਲੋਕ ਸਭਾ ਜਿੱਤੇ ਪੰਥਕ ਜਥੇਬੰਦੀਆਂ, ਦੇਖੋ ਇਹ ਹੈ ਤਾਂ ਏਰੀਆ ਪੰਥਕ ਹੀ ਰਿਹਾ, ਇਹਨਾਂ 'ਚ ਪ੍ਰੋਬਲਮਸ ਹੈਗੀਆਂ ਕਾਫੀ, ਹੁਣ ਆ ਕੇ ਵਿਚਰਿਆਂ ਵਿੱਚ ਆ ਕੇ ਪਤਾ ਲੱਗਦਾ ਗਾ। ਬਾਕੀ ਹੁਣ ਜਿੰਨੀਆਂ ਕੁ ਸਰਜੀਤ ਸਿੰਘ ਖਾਲਸਾ ਭਾਈ ਸਾਹਿਬ ਨਾਲ ਗੱਲ ਕਰਾਂਗੇ ਜਿਹੜੇ ਹੈਗੇ, ਉਹ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਅਸੀਂ ਸੋਲਵ ਕਰੀਏ ਅਤੇ ਇਹਨੂੰ ਅਸੀਂ ਆਪਣਾ ਆਪਦਾ ਹਲਕਾ ਇਹ ਅਤੇ ਇਸ 'ਚ ਅਸੀਂ ਵਿਚਰੀਏ। ਤੁਹਾਡਾ ਨਾਮ ਵੀ ਸਾਹਮਣੇ ਆ ਰਿਹਾ ਹੈਗਾ ਕਿ ਹੋ ਸਕਦੇ ਹੋ ਕੈਂਡੀਡੇਟ ਪੰਥਕ ਜਥੇਬੰਦੀਆਂ ਲੋਕ ਗਿੱਦੜਵਾ ਤੋਂ? ਨਹੀਂ ਦੇਖੋ ਇਹ ਤਾਂ ਮੈਂ ਉਹੀ ਕਿਹਾ ਵੀ ਇਹ ਤਾਂ ਸਾਰਿਆਂ ਦਾ ਸਾਂਝਾ ਫੈਸਲਾ ਹੋਊਗਾ ਸੰਗਤ ਵਿੱਚ ਲੈ ਬੈਠ ਕੇ, ਜਿਵੇਂ ਬਾਈ ਕਹਿੰਦਾ ਹੁੰਦਾ ਸੀ ਜਿਹੜੇ ਫੈਸਲੇ ਆ ਸੰਗਤ ਦੇ ਵਿੱਚ ਬੈਠ ਕੇ ਲੈਣੇ ਚਾਹੀਦੇ, ਸਾਰਾ ਸੰਗਤ ਦਾ ਅਤੇ ਫੈਸਲਾ ਹੋਊਗਾ ਜੋ ਹੋਊਗਾ ਪ੍ਰਵਾਨ ਹੋਊ।